ਤਾ ਹਰ ਵਾਰ ਦੀ ਤਰ੍ਹਾਂ ਇਸ ਪ੍ਰੋਗਰਾਮ ਦੇ ਵਿੱਚ ਸਾਨੂੰ ਇੱਕ ਵਾਰ ਫੇਰ ਮਾਣ ਬਖਸ਼ਿਆ ਸਾਡੇ ਸਟੂਡੀਓ ਦੇ ਵਿੱਚ ਆ ਕੇ ਸਾਡੇ ਨਾਲ ਇਸ ਵਾਰੇ ਸਟੂਡੀਓ ਦੇ ਵਿੱਚ ਮੌਜੂਦ ਨੇ ਡਾਕਟਰ ਇਫਤਖਾਰ ਚੌਧਰੀ ਜੀ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡੇ ਇੱਥੇ ਆਉਣ ਦੇ ਲਈ ਜੀ ਜੀ ਥੈਂਕ ਯੂ ਜੀ ਸਤਿ ਸ੍ਰੀ ਅਕਾਲ 올 ਦਾ ਵਿਊਅਰਸ ਆਲਸੋ ਹੋਰ ਸਨ ਆ ਬਸ ਕਰੀਏ ਜੀ ਡਾਕਟਰ ਸਾਹਿਬ ਤੁਹਾਡੇ ਮਾਣ ਵਾਲੇ ਧਿਆਨ ਜਾ ਕੇ ਮੈਨੂੰ ਜਾ ਰਿਹਾ ਸੀ ਕਿ ਬਹੁਤ ਸਾਰੇ ਅੱਜ ਗੱਲ ਕਿਉਂ ਨਾ ਵਾਲਾਂ ਦੇ ਉੱਤੇ ਸ਼ੁਰੂ ਕੀਤੀ ਜਾਵੇ ਮਾਸ਼ੱਲਾ ਵੀ ਕਹਿ ਦੋ ਨਜ਼ਰ ਨਾ ਲੱਗੇ ਮਾਸ਼ੱਲਾ ਹਾਂਜੀ ਬਿਲਕੁਲ ਬਿਲਕੁਲ کیونکہ اج کل میں نے دیکھا کہ ਸਾਡੇ میری عمر ਤੇ ਵੀ ਜਿਹੜੇ ਛੋਟੇ ਬੱਚੇ ਨੇ ਉਹਨਾਂ ਦੇ ਵੀ ਵਾਲ ਜਿਹੜੇ ਅੱਜ ਕੱਲ ਚਿੱਟੇ ਹੋਣ ਲੱਗ ਪੰਦੇ ਨੇ ਕਹਿੰਦੇ ਨੇ ਕਿ ਚਿੰਤਾ ਬੜੀ ਹੈ ہاں جی صحیح ਮਣੀ ਚਿੰਤਾ ਹੁੰਦੀ ਹੈ ਕਿ ਕੁਝ ਹੋਰ ਹੈ ہاں بالکل ਚਿੰਤਾ ਦੀ ਵੀ ਪ੍ਰੋਬਲਮ ਹੈ ਔਰ ਵਾਲ ਨਾ ਜ਼ਿਆਦਾ ਲੋਕਾਂ ਦੇ ਮਤਲਬ ਥਨ ਹੋ ਜਾਂਦੇ ਨੇ ਗਿਰਨਾ ਸ਼ੁਰੂ ਹੋ ਜਾਂਦੇ ਨੇ ਇਹ ਬਹੁਤ ਜ਼ਿਆਦਾ ਆਮ ਚੀਜ਼ ਹੈ ਔਰ ਵਾਲ ਗ੍ਰੇ ਹੋਣਾ ਉਮਰ ਦੇ لحاظ ਨਾਲ ਇੱਕ ਨੈਚਰਲ ਚੀਜ਼ ਹੈ ਲੇਕਿਨ ਮਤਲਬ 40 45 ਉਹਦੇ ਬਾਅਦ ਅਗਰ 50 ਉਹਦੇ ਬਾਅਦ ਗ੍ਰੇ ਹੋਣਾ ਸ਼ੁਰੂ ਹੋਣ ਵਾਲ ਲੇਕਿਨ ਅੱਜ ਕੱਲ ਦੇ ਬਿਲਕੁਲ ਟੀਨੇਜਰ ਬੱਚਿਆਂ ਦੇ ਵਾਲ ਜਿਹੜੇ ਨੇ ਗ੍ਰੇ ਹੋ ਰਹੇ ਨੇ ਪਲੱਸ ਉਹ ਗੰਜੇ ਹੋ ਰਹੇ ਨੇ ਜੀ ਬਹੁਤ ਜ਼ਿਆਦਾ ਔਰ ਉਹਦੀ ਵਜ੍ਹਾ ਜਿਹੜੀਆਂ ਨੇ ਕਾਫੀ ਨੇ ਕਾਰਨ ਉਹਦੇ ਇੱਕ ਤੇ ਉਹਦਾ ਕਾਰਨ ਹੈ ਕਿ ਸਟ्रेस ਔਰ ਟੂ ਮੱਚ ਵਰਕ ਕਰਨਾ ਆਪਣਾ ਖਾਣੇ ਪੀਣੇ ਤੇ ਧਿਆਨ ਨਾ ਦੇਣਾ ਜਿਹਦੇ ਵਿੱਚ ਫਰੂਟ ਵੈਜੀਟੇਬਲਸ ਵਗੈਰਾ ਖਾਣਾ ਖਾਣਾ ਔਰ ਪ੍ਰੋਪਰ ਰੈਸਟ ਨਾ ਕਰਨਾ ਓਕੇ ਅੱਛਾ ਉਸ ਤੋਂ ਇਲਾਵਾ ਜਿਹੜਾ ਕਿ ਟੂ ਮੱਚ ਮੈਂਟਲ ਸਟ्रेस ਜਿਹਦੇ ਚ ਤੁਹਾਰੇ ਕੰਮ ਵੀ ਆ ਜਾਂਦੇ ਨੇ ਬੱਚੇ ਸਕੂਲ ਜਾਂਦੇ ਨੇ ਅਗਰ ਉਹਨਾਂ ਦਾ ਮਤਲਬ ਹੋਮਵਰਕ ਕੰਮ ਸਾਰਾ ਕੁਝ ਕਰਨਾ ਹੁੰਦਾ ਤੇ ਉਹਦੀ وجہ ਨਾਲ ਵੀ ਐ ਪ੍ਰੋਬਲਮ ਹੁੰਦੀ ਹੈ ਲੇਕਿਨ ਡਾਕਟਰ ਇਹਦੇ ਚ ਜਿਤਨਾ ਕਿਉਂਕਿ ਆਪਣੇ ਆਪ ਚ ਵੀ ਇਹ ਜਿਹੜੀ ਉਮਰ ਦੇ ਹੁੰਦੇ ਨੇ ਬਾਅਦ ਚ ਹੁੰਦੇ ਕਿ ਮੈਰਿਜ ਦੇ ਵੇਲੇ ਵੀ ਪ੍ਰੋਬਲਮ ਆ ਗਈ ਇਹਨਾਂ ਲੋਕਾਂ ਨੂੰ ਇਹਦੇ ਨਾਲ ਪਰ ਇਹਦੀ ਰਿਕਵਰੀ ਜਿਹੜੀ ਹੈ ਉਹ ਕਰ ਸਕਦੇ ਆ ਇਹਦੇ ਚ ਆਪਣੀ ਹੈਗਾ ਹੋਮੋਪੈਥੀ ਦੇ ਦੇਖੋ ਹੋਮੋਪੈਥਿਕ ਵਿੱਚ ਜ਼ਿਆਦਾਤਰ ਤੇ ਮੇਨਟੇਨੈਂਸ ਹੈ ਨਾ ਪ੍ਰੋਬਲਮ ਉਹਨੇ ਤੁਸੀਂ ਵਾਲ ਡਿਗ ਰਹੇ ਨੇ ਪਰ ਟੇਕ ਕੇਅਰ ਹੀ ਨਹੀਂ ਕਰ ਰਹੇ ਜੀ ਔਰ ਤੁਸੀਂ ਮਤਲਬ 2-3 ਸਾਲ ਇਸ ਤਰੀ ਲੰਗਾ ਦਿੱਤੇ ਐਨ ਮੈਂ ਠੰਡਾ ਪਾਣੀ ਪੀ ਲਿਆ ਤੇ ਮੇਰਾ ਗਲਾ ਜਿਹੜਾ ਜੀ ਈਕਸਕਿਊਜ਼ ਮੀ ਇਹ ਗੰਢੀ ਚ ਪਿਆ ਸੀ ਪਾਣੀ ਤੇ ਉਹ ਠੰਡਾ ਬਹੁਤ ਜ਼ਿਆਦਾ ਟੈਂਪਰੇਚਰ ਦਾ ਮਮਾ ਇਹ ਵੀ ਨਾ ਨਾ ਤੁਸੀਂ ਦੱਸਦੇ ਕਿ ਠੰਡਾ ਪਾਣੀ ਨਾ ਪੀਓ ਬਿਲਕੁਲ ਮੈਂ ਦਾ ਟੈਂਪਰੇਚਰ ਰੂਮ ਟੈਂਪਰੇਚਰ ਦਾ ਪਾਣੀ ਪੀਣਾ ਚਾਹੀਦਾ ਠੀਕ ਹੈ ਔਰ ਬਹੁਤ ਜ਼ਿਆਦਾ ਠੰਡਾ ਫ੍ਰੀਜ ਦਾ বরਫ ਪਾ ਕੇ ਬੱਚੇ ਪੀਂਦੇ ਨੇ ਉਹ ਜਿਨ੍ਹਾਂ ਦੇ ਲੋਕਾਂ ਦਾ ਗਲਾ ਖਰਾਬ ਹੋਣੇ ਦਾ ਚਾਂਸ ਹੁੰਦਾ ਉਹਨਾਂ ਨੂੰ ਇਹ ਕਾਫੀ ਪ੍ਰੋਬਲਮ ਹੋ ਜਾਂਦਾ ਓਕੇ ਅੱਛਾ ਵਾਲਾਂ ਦੀ ਗੱਲ ਕਰ ਰਹੇ ਸੀ ਵਾਲਾਂ ਵਾਸਤੇ ਤੁਸੀਂ ਨੇਚਰਲ ਸ਼ੈਂਪੂ ਜੀ ਔਇਲਿੰਗ ਬਹੁਤ ਜ਼ਰੂਰੀ ਹੈ ਜਿਹੜਾ ਕਿ ਅੱਥੇ ਅੱਜ ਕੱਲ ਬੰਦੇ ਬਹੁਤ ਮਤਲਬ ਨਾ ਹੋਣ ਦੇ ਬਰਾਬਰ ਕਰ ਰਹੇ ਨੇ ਉਹਦੇ ਵਿੱਚ ਸਪੈਸ਼ਲ ਆਰਨੀਕਾ ਹੇਅਰ ਆਇਲ ਹੁੰਦਾ ਸਾਡਾ ਬਹੁਤ ਵਧੀਆ ਉਹਦੇ ਵਿੱਚ ਮਿਕਸਡ ਆਇਲ ਹੁੰਦੇ ਨੇ ਆਰਨੀਕਾ ਐਕਸਟ੍ਰੈਕਟ ਹੁੰਦਾ ਹੈ ਜਿਹੜਾ ਕਿ ਤੁਹਾਡੇ ਬਲੱਡ ਸਰਕੂਲੇਸ਼ਨ ਨੂੰ ਸਹੀ ਕਰਦਾ ਹੈ ਸਕਾਲਪ ਚ ਤੇ ਉਹਦੇ ਨਾਲ ਫਿਰ ਤੁਹਾਨੂੰ ਜਿਆਦਾ ਨਿਊਟ੍ਰੀਐਂਟਸ ਮਿਲਦੇ ਔਰ ਵਾਲ ਜਿਹੜੇ ਹੈ ਅਗਰ ਉਹਨਾਂ ਨੂੰ ਡਰਾਈਨੈਸ ਹੈ ਵਾਲ ਡਿੱਗ ਰਹੇ ਹੈ ਉਹ ਸਾਰੇ ਪ੍ਰੋਬਲਮ ਉਹਨੂੰ ਠੀਕ ਕਰਦਾ ਓਕੇ ਜੀ ਅੱਛਾ ਉਹ ਅਕਸਰ ਲੋਕ ਕਹਿੰਦੇ ਜੀ ਮੈਂ ਕੰਮ ਤੇ ਜਾਣਾ ਮੈਂ ਆਇਲ ਨਹੀਂ ਲਾ ਸਕਦਾ ਦਿਨ ਨੂੰ ਕਹਿੰਦੇ ਬੱਚੇ ਨਹੀਂ ਲੰਦੇ ਤੇ ਉਹਨਾਂ ਨੂੰ ਐਡਵਾਈਸ ਹੈ ਕਿ ਤੁਸੀਂ ਰਾਤ ਨੂੰ ਸੋਨੇ ਤੋਂ ਪਹਿਲਾਂ ਸਿਰ ਦੀ ਮਾਲਿਸ਼ ਕਰ ਲਓ ਹਫਤੇ ਜੀ ਇੱਕ ਵਾਰੀ ਕਰ ਲਓ ਦੋ ਵਾਰੀ ਕਰ ਲਓ ਜਿੰਨਾ ਟਾਈਮ ਤੁਹਾਡੇ ਕੋਲ ਹੈ ਉਸ ਹਿਸਾਬ ਨਾਲ ਔਰ ਨੈਕਸਟ ਡੇ ਸ਼ੈਂਪੂ ਕਰ ਲਓ ਤੁਹਾਨੂੰ ਕੋਈ ਪ੍ਰੋਬਲਮ ਵੀ ਨਹੀਂ ਹੋਏਗੀ ਔਰ ਉਹ ਮਸਲਾ ਵੀ ਹੱਲ ਹੋ ਜਾਏਗਾ ਉਹਦੇ ਨਾਲ ਨਾਲ ਵਾਲਾਂ ਦਾ ਜਿਨ੍ਹਾਂ ਨੂੰ ਪ੍ਰੋਬਲਮ ਹੈ ਉਹਨਾਂ ਵਾਸਤੇ ਹੋਮੀਓਪੈਥਿਕ ਔਰ ਹਰਬਲ ਚ ਦੋ ਸਪਲੀਮੈਂਟ ਆਂਦੇ ਆ ਇਹਦਾ ਇੱਕ ਦਿਨ ਹੈਅਰ ਫਾਰਮੂਲਾ ਹੈ ਇੱਕ ਦਾ ਹੈਅਰ ਟਰੀਟਮੈਂਟ ਟੈਬਲੇਟਸ ओके जी ਤੇ ਉਹ ਤੁਹਾਡੇ ਜਿਤਨੇ ਵੀ ਬਾਡੀ ਚ ਕਮੀ ਹੈ ਬਾਇਓਟਿਨ ਹੈ ਸਿਸਟीन ਹੈ ਅਮੀਨੋ ਐਸਿਡ ਦੀ ਉਹਨਾਂ ਦੀ ਕਮੀ ਹੋ ਜਾਂਦੀ ਹੈ ਜ਼ਿੰਕ ਹੈ ਕੈਲਸ਼ੀਅਮ ਹੈ ਵਿਟਾਮਿਨ ਸੀ ਹੈ ਇਹ ਸਾਰੀਆਂ ਚੀਜ਼ਾਂ ਦੀ ਕਮੀ ਦੀ ਵਜ੍ਹਾ ਨਾਲ ਤੁਹਾਡੇ ਵਾਲ ਡਿੱਗਦੇ ਨੇ ਤੇ ਉਹ ਉਹਦੇ ਚ ਪੂਰੀ ਹੋ ਜਾਂਦੀ ਹੈ ਤੇ ਉਹ ਇਸ ਉਹ ਇਸ ਤਰ੍ਹਾਂ ਦੇ ਫਾਰਮੂਲੇ ਨੇ ਕਿ ਜਿਸ ਤਰ੍ਹਾਂ ਸਪਲੀਮੈਂਟ ਖਾਈਦੇ ਨੇ ਕੋਈ ਡਰੱਗ ਨਹੀਂ ਕੋਈ ਐਂਟੀਬਾਇਓਟਿਕ ਦਾ ਕੋਰਸ ਨਹੀਂ ਕਰਨਾ ਕਿ ਭਈ ਕਫਤਾ ਦੋ ਹਫਤੇ ਕਰੋ ਉਹਨੂੰ ਕੰਟੀਨਿਊ ਕਰੋ ਤੁਸੀਂ 4-6 ਮਹੀਨੇ ਲਗਾਤਾਰ ਕਰੋ ਉਹਦੇ ਬਾਅਦ ਤੁਸੀਂ ਫਿਰ ਮੇਨਟੇਨੈਂਸ ਕਰਦੇ ਰਹੋ ਤੇ ਤੁਹਾਡਾ ਪ੍ਰੋਬਲਮ ਫਿਰ ਮਤਲਬ ਸੋਲਵ ਹੋ ਜਾਏਗਾ ਔਰ ਵਾਲ ਨਹੀਂ ਡਿੱਗਣਗੇ ਇਹ ਕੋਈ ਜਨਰੇਸ਼ਨ ਵਾਈਜ਼ ਵੀ ਕੋਈ ਪ੍ਰੋਬਲਮ ਹੁੰਦੀ ਹੈ ਕਿ ਜੇ ਪਾਪਦਤਾਂ ਦੇ ਵੀ ਵਾਲ ਜਾਂਦੇ ਰਹੇ ਨੇ ਤਾਂ ਫਿਰ ਬੱਚੇ ਦੇ ਵੀ ਜਾਣੇ ਨੇ ਉਹ ਚਾਂਸ ਸਕਦੇ ਦਫਾ ਵੀ ਅਸੀਂ ਪ੍ਰੋਗਰਾਮ ਦੀ ਗੱਲ ਕੀਤੀ ਸੀ ਜੈਨੇਟਿਕ ਫੈਕਟਰ ਹੁੰਦਾ ਹੈ ਲੇਕਿਨ ਉਹਦੀ ਪਰਸੈਂਟੇਜ ਬਹੁਤ ਘੱਟ ਹੁੰਦੀ ਹੈ ਕਿ ਜਿੰਨਾ ਕਿ ਲੋਕ ਸਮਝ ਜਾਂਦੇ ਨੇ ਉਹਨਾਂ ਦੇ ਪੈਰੈਂਟਸ ਦੀ ਅਗਰ 50 ਸਾਲ ਤੋਂ ਬਾਅਦ ਉਹਨਾਂ ਦੇ ਵਾਲ ਡਿੱਗਨੇ ਸ਼ੁਰੂ ਹੋਏ ਔਰ ਉਹਨਾਂ ਦਾ ਗੰਜ ਆ ਗਿਆ ਹੈ 55 ਸਾਲ ਜਾਂ 60 ਸਾਲ 'ਚ ਉਹ ਜਿਹੜੇ ਬੱਚੇ ਨੇ 20 ਸਾਲ ਦੇ ਉਹਨਾਂ ਦੇ ਸ਼ੁਰੂ ਹੋ ਗਿਆ ਇਸ ਤਰ੍ਹਾਂ ਇਹ ਨਹੀਂ ਹੁੰਦਾ ਕਿ ਤੁਹਾਡਾ ਜੈਨੇਟਿਕਲ ਹੈ ਤੁਸੀਂ 20 ਸਾਲ ਦੀ ਤੁਹਾਡਾ ਗਨ ਸ਼ੁਰੂ ਹੋ ਜਾਏਗਾ ਇਟਸ ਨਾਟ ਲਾਈਕ ਦੈਟ ਲੇਕਿਨ ਤੁਸੀਂ ਆਪਣਾ ਟੇਕ ਕੇਅਰ ਕਰੋ ਔਰ ਉਹ ਉਹ ਚੀਜ਼ ਵੀ ਰੁਕ ਸਕਦੀ ਹੈ ਅਗਰ ਬੰਦਾ ਆਪਣਾ ਟੇਕ ਕੇਅਰ ਕਰੇ ਤਾਂ ਡਾਕਟਰ ਸਾਹਿਬ ਇਹਦੇ ਨਾਲ ਦੂਸਰ ਸਵਾਲ ਸੀ ਕਿ ਸਾਨੂੰ ਈਮੇਲ ਭੇਜੀ ਸੀ ਇੱਕ ਕੈਲੀਫੋਰਨੀਆ ਤੋਂ ਈਮੇਲ ਆਈ ਹੈ ਬਜ਼ੁਰਗ ਨੇ ਡਾਕਟਰ ਸਲਾਹ ਦਿੱਤਾ ਕਿ ਗੋਡੇ ਰਿਪਲੇਸ ਕਰਾ ਲਓ ਜੀ ਅੱਛਾ ਓਕੇ ਨੇਚਰਲੀ ਸਿੱਧੀ ਅੱਜਕਲ ਐਡਵਾਈਸ ਹੋ ਗਈ ਹੈ ਪਰ ਆਪਣੇ ਕੋ ਕਿਸ ਤਰ੍ਹਾਂ ਤੁਸੀਂ ਬਜ਼ੁਰਗ ਜਿਹੜੇ ਨੇ ਇਸ ਚੀਜ਼ ਤੋਂ ਬਚਾਅ ਕਰ ਸਕਦੇ ਨੇ ਕਿ ਜਾਂ ਤੁਸੀਂ ਜ਼ਰੂਰ ਇਸ ਪ੍ਰੋਗਰਾਮ ਚ ਦੱਸੋ ਉਹਦੇ ਡਿਪੈਂਡ ਕਰਦਾ ਹੈ ਉਹਨਾਂ ਦਾ ਕਿੰਨਾ ਪ੍ਰੋਬਲਮ ਹੈ ਯੂਜੂਲੀ ਅਦੀ ਮੈਂ ਮਿਸਾਲ ਐਸੇ ਦੀ ਦਾਂਗਾ ਜਿਸ ਤਰ੍ਹਾਂ ਤੁਸੀਂ ਗੱਡੀ ਦੇ ਬ੍ਰੇਕਾਂ ਦੇ ਪੈਡ ਜਿਹੜੇ ਚੇਂਜ ਕਰਦੇ ਹੋ ਜੀ ਉਹ ਅਗਰ ਕੱਸ ਜਾਂਣ ਔਰ ਇੰਨੇ ਕੱਸ ਜਾਂਣ ਕਿ ਬਿਲਕੁਲੀ ਉਹ ਜਿਹੜੇ ਨੇ ਮਤਲਬ ਡਰਮ ਜਿਹੜੇ ਨੇ ਉਹਨਾਂ ਉੱਤੇ ਮਤਲਬ ਹੋ ਜਾਂਦੇ ਉਹਦੇ ਫਿਰ ਜ਼ਿਆਦਾ ਪ੍ਰੋਬਲਮ ਹੋ ਜਾਂਦਾ ਹੈ ਓਕੇ ਲੇਕਿਨ ਅਗਰ ਉਹ ਥੋੜੇ ਜੇ ਕਸਨੇ ਸ਼ੁਰੂ ਹੋਏ ਨੇ ਔਰ ਅਜੇ ਉਹ ਕਾਰਟਿਲੇਜ ਹੈ ਤੇ ਸਾਡੇ ਗੋਡਿਆਂ ਦੇ ਅੰਦਰ ਵੀ ਜਿਹੜੀ ਨਰਮ ਹੱਡੀ ਹੁੰਦੀ ਹੈ ਉਹ ਕੱਸ ਜਾਂਦੀ ਹੈ ਔਰ ਉਹਦੇ ਜੀ ਲੂਬ੍ਰੀਕੇਸ਼ਨ ਜਿਸ ਤਰ੍ਹਾਂ ਕਹਿੰਦੇ ਨੇ ਕਿ ਗ੍ਰੀਸ ਮੁੱਕ ਗਈ ਆ ਅੰਪਜਾ ਦੇ ਮੰਜਕਈਦਾ ਤੇ ਉਹ ਚੀਜ਼ ਹੋਮੀਓਪੈਥਿਕ ਹਰਬਲ ਦਵਾਈ ਨਾਲ ਉਹ ਪ੍ਰੋਡਿਊਸ ਹੋ ਸਕਦੀ ਹੈ ਓਕੇ ਔਰ ਉਹ ਆਸਤੇ ਆਸਤੇ ਹੁੰਦੀ ਹੈ ਕੋਈ ਇਕਦਮ ਮਤਲਬ ਐ ਨਹੀਂ ਕਿ ਤੁਸੀਂ ਕਹੋ ਕਿ ਹਫਤੇ ਚ ਮੈਨੂੰ ਰਾਮ ਆ ਜਾਏ ਲੇਕਿਨ ਅਗਰ ਉਹ 2-3 ਮਹੀਨੇ ਤੁਸੀਂ ਯੂਜ਼ ਕਰੋ ਜਿਹਦੇ ਸਪਲੀਮੈਂਟ ਵੀ ਹੁੰਦਾ ਔਰ ਕੁਝ ਆਇਲ ਵੀ ਹੁੰਦਾ ਮਾਲਿਸ਼ ਕਰਨ ਵਾਸਤੇ ਕੁਝ ਹੋਰ ਹੋਮੀਓਪੈਥਿਕ ਦੇ ਡਰਾਪਸ ਹੁੰਦੇ ਆ ਜਿਹੜੇ ਕਿ ਤੁਹਾਡੀ ਕਾਰਟਿਲੇਜ ਨੂੰ ਬਿਲਡ ਕਰਦੇ ਆ ਉਹ ਜਿਹੜਾ ਲੂਬ੍ਰੀਕੇਸ਼ਨ ਜਿਹੜਾ ਫਲੂਇਡ ਹੈ ਉਹਨੂੰ ਬਣਾਉਂਦਾ ਹੈ ਤੇ ਉਹਦੇ ਨਾਲ ਤੁਹਾਡਾ ਇਹ ਪ੍ਰੋਬਲਮ ਠੀਕ ਹੋ ਜਾਂਦਾ ਹੈ ਤੁਹਾਨੂੰ ਆਪਰੇਸ਼ਨ ਕਰਨ ਦੀ ਜ਼ਰੂਰਤ ਨਹੀਂ ਪੈਣਾ ਤੁਸੀਂ ਹੋਮੀਓਪੈਥਿਕ ਤੇ ਹਰਬਲ ਦਵਾਈ ਟਰਾਈ ਕਰੋ ਉਹਦੇ ਬਾਅਦ ਉਹ ਦੂਜੀ ਗੱਲ ਹੈ ਕਿ ਜਿਹਨਾਂ ਲੋਕਾਂ ਨੂੰ weight ਦਾ ਪ੍ਰੋਬਲਮ ਹੁੰਦਾ ਜੀ ਜੀ ਉਹਨਾਂ ਤੁਹਾਡੀਆਂ ਬੋਨਸ ਹੋ ਨਹੀਂ ਨੇ ਸਮਝ ਗਏ ਕਿ ਤੁਹਾਡਾ ਅਗਰ 150 ਪਾਉਂਡ weight ਹੈ ਤੇ ਬੋਨਸ ਹੋਣੀਆਂ ਨੇ ਅਗਰ 200 ਪਾਉਂਡ ਜਾਂ 250 300 ਪਾਉਂਡ ਹੋ ਗਿਆ ਤੇ ਬੋਨਸ ਹੋਣੀਆਂ ਨੇ ਜੀ ਜੀ ਤੇ ਉਹਦੇ ਨਾਲ ਕੀ ਹੁੰਦਾ ਕਿ ਜ਼ਿਆਦਾ ਦਬਾਅ ਪੈਂਦੇ ਹੈ ਤੇ ਉਹਨਾਂ ਨੂੰ ਚਾਹੀਦਾ ਕਿ weight ਜਿਹੜਾ ਸਾਡੇ ਕੋਲ ਇਲਾਜ ਕਰਾਉਂਦੇ ਨੇ ਅਗਰ ওভার weight ਹੁੰਦੇ ਅਸੀਂ ਉਹਨਾਂ ਦਾ weight ਦਾ ਵੀ ਇਲਾਜ ਕਰਨੇ ਆ ਔਰ ਉਹ ਬੜਾ ਸਲੋਲੀ ਔਰ ਇਫੈਕਟਿਵ ਇਲਾਜ ਹੁੰਦਾ ਹੈ ਹੋਮੀਓਪੈਥਿਕ ਚ ਜਿਹੜਾ weight loss ਦਾ ਓਕੇ ਅਗਰ ਹਫਤੇ ਚ ਤੁਹਾਡਾ 1 ਪਾਉਂਡ ਕੱਟ ਜਾਂਦਾ ਹੈ ਮਹੀਨੇ ਚ 5-6 ਪਾਉਂਡ ਕੱਟ ਜਾਏ that is the ideal ਔਰ is reasonable ਮਤਲਬ ਗੋਲ ਹੁੰਦਾ ਹੈ ਮੋਗੇ ਨੰਨਾਂ ਤੁਸੀਂ weight lose ਦਾ ਵੀ ਦੱਸ ਦਿੱਤਾ ਕਿ ਉਹ ਵੀ ਜਿਹੜਾ ਤਰੀਕਾ ਅਪਣਾਇਆ ਜਾ ਸਕਦਾ ਹੈ ਪ੍ਰੋਬਲਮ ਨੂੰ ਖਤਮ ਕਰਨ ਵਾਸਤੇ ਜੀ ਬਿਲਕੁਲ ਕਿਉਂਕਿ ਅਸੀਂ ਤੇ ਜਾਣੇ ਆ ਪ੍ਰੋਬਲਮ ਕਿਉਂ ਹੈ ਤੁਹਾਨੂੰ ਅਗਰ ਦਰਦ ਹੋ ਰਿਹਾ ਤੇ ਉਹਦੀ ਵਜ੍ਹਾ ਕੀ ਹੈ ਉਹਦਾ ਇਲਾਜ ਹੁੰਦਾ ਹੈ ਯਾਨੀ ਕਿ ਗੋਲੀ ਖਾ ਲਓ ਪੇਨ ਕਿਲਰ ਤੇ ਠੀਕ ਹੈ ਫਿਰ ਉਸੇ ਤਰ੍ਹਾਂ ਸਮਝ ਗਏ ਨਾ ਉਹਨਾਂ ਐਸੇ ਤਰ੍ਹਾਂ ਦੇ ਮੈਂ ਇੱਕ ਹੋਰ ਮਿਸਾਲ ਜਿਹੜਾ ਬਹੁਤ ਜ਼ਿਆਦਾ ਕਾਮਨ ਪ੍ਰੋਬਲਮ ਹੈ men's health ਦਾ ਮਰਦਾਂ ਦੀ ਕਮਜ਼ੋਰੀ ਸੈਕਸ਼ੂਅਲ ਵੀਕਨੈਸ ਹੋ ਜਾਂਦੀ ਹੈ ਉਹਨਾਂ ਨੂੰ ਉਹਨਾਂ ਦੇ ਹਾਰਮੋਨ ਘਟ ਜਾਂਦੇ ਨੇ ਉਹਨਾਂ ਦੇ ਸਪਰਮ ਕਾਊਂਟ ਘਟ ਜਾਂਦੇ ਨੇ ਓਕੇ ਉਹ ਵੀ ਇੱਕ ਵਜ੍ਹਾ ਹੈ ਸਟ्रेस ਦੀ ਓਕੇ ਇਵਨ ਸਹੀ ਖਾਂਦੇ ਨੇ ਪ੍ਰੋਪਰ ਫੂਡ ਖਾਂਦੇ ਨੇ ਹਰ ਚੀਜ਼ ਖਾਂਦੇ ਨੇ ਉਹਨਾਂ ਦੀ ਏਜ ਵੀ ਜ਼ਿਆਦਾ ਨਹੀਂ ਲੇਕਿਨ ਉਹਦੇ باوجود ਉਹਨਾਂ ਨੂੰ ਸੈਕਸ਼ੂਅਲ ਵੀਕਨੈਸ ਹੋ ਜਾਂਦੀ ਹੈ ਉਹਨਾਂ ਦਾ ਜਿਹੜਾ ਪਰਸਨਲ ਰਿਲੇਸ਼ਨਸ਼ਿਪ ਹੈ ਉਹ ਬਹੁਤ ਇਫੈਕਟ ਹੋ ਜਾਂਦਾ ਹੈ ਤੇ ਉਹਦੇ ਵਾਸਤੇ ਹੋਮਿਓਪੈਥਿਕ ਹਰਬਲ ਜ ਬਹੁਤ ਅੱਛੇ ਟੋਨਿਕ ਆਂਦੇ ਹੈ ਜਿਦੇ ਜ ਮੂਸਲੀ ਕੰਪਾਊਂਡ ਹੈ ਮੇਲ ਫਾਰਮੂਲਾ ਹੈ ਮੈਨ ਫਾਰਮੂਲਾ ਹੈ ਕੁਝ ਆਇਲ ਹੁੰਦੇ ਹੈ ਮਾਲਿਸ਼ ਕਰਨ ਵਾਸਤੇ ਉਹ ਰეკਮੈਂਡ ਕੀਤੇ ਜਾਂਦੇ ਨੇ ਕਿਉਂਕਿ ਸੈਕਸ਼ੁਅਲ ਹੈਲਥ ਵਿੱਚ ਕੀ ਹੁੰਦਾ ਤੁਹਾਡੀ ਇਕ ਤੇ ਹਾਰਮੋਨ ਘਟ ਜਾਂਦੇ ਨੇ ਉਹਦੇ ਨਾਲ ਤੁਹਾਡੀ ਬਲੱਡ ਸਰਕੂਲੇਸ਼ਨ ਇਫੈਕਟ ਹੁੰਦੀ ਹੈ ਓਕੇ ਕਿਉਂਕਿ ਬਲੱਡ ਦੀ ਸਪਲਾਈ ਜਿਹੜੀ ਹੈ ਤੁਹਾਡੇ ਇੰਪੋਰਟੈਂਟ ਅੰਗ ਜਿਹੜੇ ਨੇ ਉਹਨਾਂ ਚ ਮਿਲਦੀ ਰਹਿੰਦੀ ਹੈ ਤੇ ਉਹ ਸਹੀ ਕੰਮ ਕਰਦੇ ਓਕੇ ਜੀ ਔਰ ਸਪੈਸ਼ਲੀ ਜਿਹੜੇ ਲੋਕ ਬੈਨੇ ਦੀ ਕੰਮ ਕਰਦੇ ਨੇ ਗੱਡੀਆਂ ਚਲਾਉਂਦੇ ਨੇ ਟਰੱਕ ਚਲਾਉਂਦੇ ਨੇ ਟੈਕਸੀਆਂ ਚਲਾਉਂਦੇ ਨੇ ਆਫਿਸ 'ਚ ਬੈਠੇ ਹੁੰਦੇ ਨੇ ਤੇ ਉਹਨਾਂ ਦੇ ਥੱਲੇ ਦੇ ਜਿਹੜਾ ਧੜਾ ਹੈ ਉਹਦੇ 'ਚ ਸਪਲਾਈ ਜਿਹੜੀ ਹੈ ਬਲੱਡ ਦੀ ਫਲੋ ਇੰਨਾ ਨਹੀਂ ਹੁੰਦਾ ਓਕੇ ਜੀ ਕਿਉਂਕਿ ਬੈਠ ਬੈਠ ਕੇ ਉਹਨਾਂ ਤੇ ਇਸ ਵਾਰ ਤੁਸੀਂ ਸੁਣਿਆ ਹੋਵੇਗਾ ਅਕਸਰ ਕਿ ਜਿਹੜੇ ਲੋਕ ਟੈਕਸੀ ਚਲਾਉਂਦੇ ਨੇ ਜਾਂ ਟਰੱਕ ਚਲਾਉਂਦੇ ਨੇ ਉਹਨਾਂ ਨੂੰ ਸੈਕਸ਼ੂਅਲ ਵੀਕਨੈਸ ਹੋ ਜਾਂਦੀ ਹੈ ਉਹਨਾਂ ਨੂੰ ਪਿਸ਼ਾਬ ਦੀ ਤਕਲੀਫਾਂ ਹੋ ਜਾਂਦੀਆਂ ਨੇ ਉਹਨਾਂ ਨੂੰ ਥੱਲੇ ਦੇ ਇਸੇ ਦਰਦ ਹੋਣਾ ਸ਼ੁਰੂ ਹੋ ਜਾਂਦਾ ਔਰ ਉਹ ਕਾਂਸਟਿਪੇਸ਼ਨ ਹੋ ਜਾਂਦੀ ਹੈ ਹੈਮੋਰੋਇਡ ਦਾ ਪ੍ਰੋਬਲਮ ਹੋ ਜਾਂਦਾ ਜਿਹਨੂੰ ਬਵਾਸੀਰ ਕਹਿੰਦੇ ਨੇ ਉਹ ਸਾਰੇ ਉਹਨਾਂ ਦੇ ਲਾਈਫਸਟਾਈਲ ਦੀ ਵਜ੍ਹਾ ਨਾਲ ਹੁੰਦਾ ਜ਼ਿਆਦਾ ਮਰੀਓ ਬਲੱਡ ਸਰਕੂਲੇਸ਼ਨ ਨਹੀਂ ਹੈਗੀ ਤਾਂ ਸਰਕੂਲੇਸ਼ਨ ਨਹੀਂ ਤੇ ਬਵਾਸੀਰ ਵੀ ਹੋ ਜਾਂਦੀ ਹੈ ਕਬਜ਼ ਅਗਰ ਹੁੰਦੀ ਹੈ ਲੈਟਰਨ ਖੁੱਲ ਕੇ ਨਹੀਂ ਆਂਦੀ ਤੇ ਤੁਹਾਨੂੰ ਬਵਾਸੀਰ ਹੋ ਜਾਏਗੀ ਬੁਰੇ ਐਸੇ ਪ੍ਰੋਬਲਮ ਨੇ ਜਿਹੜੇ ਕਿ ਅਕਸਰ ਲੋਕ ਡਿਸਕਸ ਨਹੀਂ ਕਰਦੇ ਵਨ ਡਾਕਟਰ ਉਹ ਨਹੀਂ ਦੱਸਣਦੇ ਕਹਿੰਦੇ ਆਪੇ ਠੀਕ ਹੋ ਜਾਏਗਾ ਪਿਸ਼ਾਬ ਚ ਤਕਲੀਫ ਹੋ ਰਹੀ ਹੈ ਸੈਕਸ਼ੂਅਲ ਵੀਕਨੈਸ ਹੋ ਰਹੀ ਹੈ ਬਵਾਸੀਰ ਹੋ ਗਈ ਹੈ ਜਾਂ ਬਾਡੀ ਦੇ ਥੱਲੇ ਦੇ ਹਿੱਸੇ ਦਰਦ ਹੋ ਰਿਹਾ ਤੇ ਉਹ ਸਾਰੀਆਂ ਚੀਜ਼ਾਂ ਬੰਦ ਕਹਿੰਦੇ ਨੇ ਆਪੇ ਠੀਕ ਹੋ ਜਾਂਦੀ ਹੈ ਇਹਨਾਂ ਦਾ ਬਹੁਤ ਅੱਛਾ ਇਲਾਜ ਹੈ ਹੋਮੀਓਪੈਥਿਕ ਤੁਸੀਂ ਫੋਨ ਚੁੱਕਣਾ ਹੈ ਬਸ ਔਰ ਆਪਣੀ ਪ੍ਰਾਈਵੇਸੀ ਵਿੱਚ ਤੁਹਾਨੂੰ ਆਣੇ ਦੀ ਵੀ ਜ਼ਰੂਰਤ ਨਹੀਂ ਹੈ ਔਰ ਤੁਸੀਂ ਇੱਕ ਫੋਨ ਕਾਲ ਕਰੋ ਔਰ ਦਵਾਈ ਤੁਹਾਨੂੰ ਘਰ ਪਹੁੰਚ ਜਾਂਦੀ ਔਰ ਉਹਦੇ ਸਪਲੀਮੈਂਟ ਵੀ ਹੁੰਦੇ ਆ ਜਿਹਦੇ ਤੁਸੀਂ ਅਕਸਰ ਇਸਤੇਮਾਲ ਕਰਦੇ ਰਹੋ ਤੇ ਤੁਹਾਡੀ ਸਿਹਤ ਸਹੀ ਰਹਿੰਦੀ ਠੀਕ ਹੈ ਜੀ ਹੈਲੋ ਹੈਲੋ ਮਰੀ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਿਸ ਵਾਲੇ ਜੀ ਤੁਹਾਡਾ ਮੈਂ ਦੇਖੋ ਜੀ ਆਰਗਨ ਸਟੇਟ ਤੋਂ ਬੋਲਦਾ ਮੇਰੀ ਉਮਰ 69 ਈਅਰ ਦੀ ਆ ਜੀ ਐਂਡ ਮੇਰੇ ਮੈਂ ਡਾਕਟਰ ਸਾਹਿਬ ਨਾਲ ਅਗਰ ਮੇਰੀ ਗੱਲ ਕਰਾ ਦੋਗੇ ਤਾਂ ਬਹੁਤ ਵਧੀਆ ਮੇਰੇ 69 ਈਅਰ ਮੇਰੀ ਉਮਰ ਹੈ ਤੇ ਮੇਰੇ ਪੇਟ ਬੜਾ ਅਪਸੈਟ ਰਹਿੰਦਾ ਜਿੱਦਾਂ ਕਬਜ਼ ਰਹਿੰਦੀ ਆ ਜੀ ਗੈਸ ਬਹੁਤ ਬਣਦੀ ਆ ਜੀ ਤੇ ਥੋੜੀ ਪ੍ਰੋਸਟੇਟ ਦੀ ਵੀ ਮੈਨੂੰ ਥੋੜੀ ਪ੍ਰੋਬਲਮ ਹੈ ਪਰ ਡਾਕਟਰ ਕਹਿੰਦਾ ਵੀ ਨਹੀਂ ਕੋਈ ਉਹ ਦਰਦ ਨਹੀਂ ਪਰ ਜਿਹੜੇ ਹਰ ਟਾਈਮ ਗੈਸ ਔਰ ਹਰ ਟਾਈਮ ਆ ਮੈਨੂੰ ਇਦਾਂ ਲੱਗਦਾ ਕਿ ਮੈਂ ਬਹੁਤ ਜ਼ਿਆਦਾ ਮਤਲਬ ਖਾਦਾ ਹੈ ਮਤਲਬ ਹਰ ਚੀਜ਼ ਥੋੜੀ ਚੀਜ਼ ਖਾਣ ਤੋਂ ਬਾਅਦ ਪੇਟ ਇਦਾਂ ਲੱਗਦਾ ਪੇਟ ਫੁੱਲਿਆ ਜੀ ਮੈਂ ਸਮਝ ਗਿਆ ਤੁਹਾਡੀ ਗੱਲ ਤੇ ਸਸਰੀ ਕਾਲ ਮੈਂ ਇਹ ਤੁਹਾਡੀ ਗੱਲ ਸੁਣ ਰਿਹਾ ਸੀ ਤੇ ਦੇਖੋ ਕਬਜ਼ ਜਿਹੜੀ ਹੈ ਉਹ ਅਸੀਂ ਕਹਿੰਨੇ ਆ ਕਿ ਉਹ ਸਾਰੀ ਬਿਮਾਰੀਆਂ ਦੀ ਮਾਂ ਹੁੰਦੀ ਹੈ ਜਿਹੜਾ ਤੁਹਾਨੂੰ ਪ੍ਰੋਸਟੇਟ ਪ੍ਰੋਬਲਮ ਹੈ ਉਹ ਵੀ ਲੌਂਗ ਟਾਈਮ ਕਬਜ਼ ਹੋਣ ਦੀ وجہ ਨਾਲ ਔਰ ਏਜ ਨਾਲ ਹੋ ਜਾਂਦਾ ਹੁਣ ਅਗਰ ਤੁਹਾਨੂੰ ਡਾਕਟਰ ਨੇ ਕਿਹਾ ਕਿ ਥੋੜਾ ਜਿਹਾ ਪ੍ਰੋਬਲਮ ਹੈ ਕੋਈ ਗੱਲ ਨਹੀਂ ਤੇ ਉਹਨਾਂ ਕੋਲ ਦੇ ਕੋਈ ਐਸਾ ਇਲਾਜ ਨਹੀਂ ਹੁੰਦਾ ਕਿ ਪ੍ਰੀਵੈਂਸ਼ਨ ਕੀਤੀ ਜਾਏ ਲੇਕਿਨ ਹੋਮੀਓਪੈਥਿਕ ਵਿੱਚ ਕੁਝ ਚੀਜ਼ਾਂ ਤੁਹਾਨੂੰ ਰეკਮੈਂਡ ਕੀਤੀਆਂ ਜਾ ਸਕਦੀਆਂ ਨੇ ਜਿਹਦੇ ਵਿੱਚ ਪ੍ਰੋਸਟੇਟ ਫਾਰਮੂਲਾ ਪ੍ਰੋਸਟੇਟ ਦੇ ਡਰਾਪਸ ਹੁੰਦੇ ਆ ਪਲਸ ਤੁਹਾਡੇ ਸਟਮਕ ਵਾਸਤੇ ਜਿਹੜੀਆਂ ਨੇ ਮਤਲਬ ਡੀਟੌਕਸ ਪ੍ਰੋਗਰਾਮ ਹੈ ਡਾਈਜੈਸ਼ਨ ਅਗਰ ਤੁਹਾਡਾ ਖਾਣਾ ਹਜ਼ਮ ਨਹੀਂ ਹੁੰਦਾ ਤੇ ਸਾਰੇ ਪ੍ਰੋਬਲਮ ਨੇ ਸਾਰੀ ਵੀਕਨੈਸ ਹੋ ਜਾਂਦੀ ਨਹੀਂ ਨਹੀਂ ਖਾਣਾ ਖਾਣੇ ਹਜ਼ਮ ਦੀ ਨਹੀਂ ਕੋਈ ਪ੍ਰੋਬਲਮ ਖਾਣਾ ਬਿਲਕੁਲ ਹਾਜਮਦਾ ਭੁੱਖ ਵੀ ਲੱਗਦੀ ਆ ਪਰ ਇਦਾਂ ਲੱਗਦਾ ਵੀ ਜਦ ਥੋੜਾ ਖਾ ਲਿਆ ਨਾ ਤੇ ਥੋੜਾ ਜਿਆਦਾ ਮਹਿਸੂਸ ਹੁੰਦਾ ਜਿਆਦਾ ਢੇਰ ਫੁੱਲ ਗਿਆ ਤੇ ਉਹ ਹੀ ਨੇ ਸਹੀ ਇਦਾਂ ਖਾਣਾ ਹਜ਼ਮ ਬਹੁਤ ਜਿਆਦੀ ਗੈਸ ਦੀ ਬਹੁਤ ਜਿਆਦੀ ਪ੍ਰੋਬਲਮ ਬਣਦੀ ਆ ਉਹ ਹੀ ਨੇ ਖਾਣਾ ਥੋੜਾ ਸਹੀ ਹਜ਼ਮ ਨਹੀਂ ਹੋ ਰਿਹਾ ਨਾਲੇ ਤੁਸੀਂ ਫਾਈਬਰ ਦੀ وجہ ਨਾਲ ਕਬਜ਼ ਹੋ ਜਾਂਦੀ ਹੈ ਤੇ ਇਹਦੇ ਵਾਸਤੇ ਤੁਹਾਨੂੰ হোমিওপ্যাথিক ਦੀ ਦਵਾਈ ਇਸਤੇਮਾਲ ਕਰੋ ਤੁਸੀਂ ਮੈਨੂੰ ਆਫਿਸ ਨੰਬਰ ਤੇ ਕਾਲ ਕਰ ਲੈਣਾ ਤੇ ਤੁਹਾਡਾ ਪ੍ਰੋਬਲਮ ਠੀਕ ਹੋ ਜਾਏਗਾ ਨਾਲੇ ਪ੍ਰੋਸਟੇਟ ਵਾਸਤੇ ਵੀ ਤੁਹਾਨੂੰ ਕੁਝ ਰეკਮੈਂਡ ਕਰਾਂਗੇ ਠੀਕ ਹੈ ਐ ਕਰੋ ਠੀਕ ਹੈ ਫਿਰ ਇਹ ਮੈਂ ਤੁਹਾਨੂੰ ਆਫਿਸ ਤੇ ਫੋਨ ਕਰਾਂ ਫਿਰ ਤੁਸੀਂ ਮੈਨੂੰ ਕੋਈ ਦਵਾਈ ਵਗੈਰਾ ਤੁਸੀਂ ਸਕਾਈ ਕਰੋਗੇ ਜਾਂ ਲੈ ਲਵੋਗੇ ਇੱਥੋਂ ਮਿਲ ਜਾਂਦੀ ਹੈ ਸਾਡੇ ਹੋਰ ਸਟੇਟ ਚੋਂ ਮਿਲ ਜੂਗੀ ਉਹ ਤੁਹਾਨੂੰ ਅਸੀਂ ਇੱਥੋਂ ਹੀ ਭੇਜਾਂਗੇ ਅਸੀਂ ਨਿਊਯਾਰਕ ਚੋਂ ਨੇ ਆ ਸਾਡੇ ਸਟੇਟ ਸਾਰੇ ਸਟੇਟਾਂ ਦੇ ਹਾਂਜੀ ਹਾਂਜੀ ਬਿੰਦ ਪਾ ਦਿਓ ਉਹ ਫਿਕਰ ਨਾ ਕਰੋ ਤੁਸੀਂ ਨੋ ਪ੍ਰੋਬਲਮ ਕੋਈ ਪ੍ਰੋਗਰਾਮ ਦੇਖ ਦੇ ਰਹੀਦਾ ਕਈ ਵਾਰੀ ਸੋਚਿਆ ਗੱਲ ਕਰੀ ਦੀ ਪਰ ਅੱਜ ਤੱਕ ਕੁਦਰਤੀ ਰਾਗਣਾ ਸ਼ੁਰੂ ਹੋਇਆ ਤਾਂ ਮੈਂ ਫੋਨ ਲਾ ਲਿਆ ਉਦੋਂ ਹੀ ਸ਼ਾਇਦ ਨੰਬਰ 1 ਤੇ ਲੱਗ ਗਿਆ ਕਿਉਂਕਿ ਇੱਥੇ ਦੇ ਦੇਖਿਓ ਇਤਨਾ ਟਾਈਮ ਨਹੀਂ ਹੁੰਦਾ ਨਾ ਕਿ ਅਸੀਂ ਇਤਨੀ ਸਭ ਨਾਲ ਗੱਲ ਕਰ ਸਕੀਏ ਤੇ ਸਾਡੇ ਆਫਿਸ ਦਾ ਨੰਬਰ ਹੈ ਮੈਂ ਹਰ ਇੱਕ ਬੰਦੇ ਨੂੰ ਕਾਲ ਬੈਕ ਕਰਨਾ ਭਾਵੇਂ ਦੂਜੇ ਦਿਨ ਕਰਾਂ ਤੀਸਰੇ ਦਿਨ ਕਰਾਂ ਲੇਕਿਨ ਤੁਸੀਂ ਇੱਕ ਦਫਾ ਕਾਲ ਕਰਕੇ ਉੱਥੇ ਆਪਣਾ ਨਾਮ ਫੋਨ ਨੰਬਰ ਛੱਡ ਦਿਆ ਕਰੋ ਤੇ ਆਈ ਵਿਲ ਗੈਟ ਬੈਕ ਟੂ ਯੂ ਠੀਕ ਹੈ ਅੱਛਾ ਜਿਹੜਾ 718 396 3600 ਇਹ ਤੁਹਾਡੇ ਆਫਿਸ ਦਾ ਨੰਬਰ ਹੈ ਜੀ ਬਿਲਕੁਲ ਹਾਂ ਜੀ ਠੀਕ ਹੈ ਓਕੇ ਜੀ ਬਹੁਤ ਬਹੁਤ ਧੰਨਵਾਦ ਜੀ